ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਰਵੀ ਹੰਸੀ, ਅਤੇ ਕਿਹੜਾ ਮੁਹੱਲਾ ਹੈ? ਨਰਾਇਣ ਨਗਰ। ਠੀਕ ਹੈ ਰਵੀ ਜੀ, ਕੀ ਘਰ ਦੇ ਵਿੱਚ ਵਾਰਦਾਤ ਹੋਈ? ਵਾਰਦਾਤ ਅਸੀਂ ਕੱਲ੍ਹ ਪੂਰੀ ਫੈਮਲੀ, ਅਸੀਂ ਮੇਰੀ ਸਿਸਟਰ ਦੇ ਪੋਤੀ ਦਾ ਬਰਥਡੇ ਸੀਗਾ, ਅਸੀਂ ਟਾਂਡਾ ਰੋਡ 'ਤੇ ਪੈਲਸ ਸੀਗਾ ਉੱਥੇ ਗਏ ਅਸੀਂ। ਉੱਥੋਂ ਤਕਰੀਬਨ ਇੱਥੋਂ ਅਸੀਂ 8:30 ਵਜੇ ਗਏ ਹੈਗੇ, 8:30 ਵਜੇ ਗਏ ਹਾਂ ਤਕਰੀਬਨ। ਉੱਥੇ ਸਾਨੂੰ ਟਾਈਮ ਲੱਗ ਗਿਆ ਕੋਈ 12:15 ਵਜੇ ਵਾਪਸ ਆਏ। ਜਦੋਂ ਵਾਪਸ ਆਉਂਦੇ ਦੇਖਿਆ ਤਾਂ ਮੇਨ ਡੋਰ ਸਾਰਾ ਗੇਟ ਵਾਲਾ ਜਿਹੜਾ ਉਹ ਪੂਰਾ ਸੀਗਾ, ਹੈ ਨਾ, ਲੋਕ ਲੱਗਾ ਹੋਇਆ ਸੀ ਅੰਦਰੋਂ। ਗੇਟ ਟੱਪ ਕੇ ਮੇਨ ਡੋਰ ਤੋਂ ਉਹਨਾਂ ਨੇ ਸੱਬਲ ਨਾਲ ਤੋੜਿਆ ਹੋਇਆ ਸੀਗਾ। ਉਸ ਤੋਂ ਬਾਅਦ ਅੰਦਰ ਆਏ ਤਾਂ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ, ਵੀ ਇੱਦਾਂ ਲੱਗ ਰਿਹਾ ਸੀ ਕੋਈ ਵੀ ਹਜੇ ਵੀ ਕੋਈ ਅੰਦਰ ਹੀ ਹੈਗੇ ਕੋਈ ਜਿਹਨਾਂ ਨੇ ਵਾਰਦਾਤ ਕੀਤੀ ਆ ਵੀ ਉਹ ਅੰਦਰ ਹੈਗੇ ਆ। ਕੁਛ ਰੌਲਾ ਲੂੜਾ ਪਾਇਆ, ਉੱਪਰ ਥੱਲੇ ਸਾਰਾ ਕੁਛ ਦੇਖਿਆ ਤਾਂ ਕੁਛ ਮਿਲੇ ਨਹੀਂ ਕੁਛ ਵੀ। ਉੱਥੋਂ ਇਹ ਆ ਕਿ ਸਮਾਨ ਸਾਰਾ ਖਿਲ ਰਿਹਾ ਹੋਇਆ ਸੀ। ਅਸੀਂ ਮੇਨ ਆਉਂਦੇ ਸਾਰ ਹੀ ਪਹਿਲਾਂ ਤਾਂ ਲੋਕਰ ਆਪਣਾ ਦੇਖਿਆ, ਲੋਕਰ ਜਿਹੜਾ ਹੈਗਾ ਸੀ ਉਹ ਬਿਲਕੁਲ ਉਹ ਸੱਬਲ ਨਾਲ ਖਿੱਚਿਆ ਹੋਇਆ ਸੀ। ਉਸ ਤੋਂ ਬਾਅਦ ਥੋੜ੍ਹਾ ਜਿਹਾ ਸਮਾਨ ਹੈਗਾ ਸੀ, ਕੁਛ ਤਾਂ ਚੀਜ਼ਾਂ ਜਿੱਦਾਂ ਸੋਨੇ ਦੀਆਂ ਸੀ ਫੰਕਸ਼ਨ 'ਤੇ ਪਾ ਕੇ ਗਏ ਸੀ, ਜਿਹੜਾ ਥੋੜ੍ਹੀਆਂ ਜਿਹੀਆਂ ਚੀਜ਼ਾਂ ਸੀਗੀਆਂ ਸੋਨੇ ਦੀਆਂ ਔਰ ਚਾਂਦੀ ਦੀਆਂ, ਉਹ ਆ ਕੇ ਦੇਖਿਆ ਤਾਂ ਉਹ ਹੈ ਨਹੀਂ ਸੀ। ਕਿੰਨਾ ਕੁ ਨੁਕਸਾਨ ਹੋਇਆ ਭਾਜੀ? ਨੁਕਸਾਨ ਇੱਕ ਤਾਂ ਮੇਰੀ ਬੇਟੀ ਦੇ ਟੋਪਸ ਸੀਗੇ, ਇੱਕ ਉਹ, ਇੱਕ ਮੇਰੀ ਵਾਈਫ ਦੇ ਟੋਪਸ ਸੀਗੇ, ਔਰ ਇੱਕ ਮੇਰੇ ਬੇਟੇ ਦੀ ਰਿੰਗ ਹੈਗੀ ਸੀ, ਉਹ ਇਹਨਾਂ ਦੇ ਤਾਇਆ ਜੀ ਨੇ ਬਰਥਡੇ 'ਤੇ ਥੋੜ੍ਹੇ ਦਿਨ ਹੀ ਹੋਏ ਉਹਨਾਂ ਨੇ ਦਿੱਤੀ ਸੀਗੀ, ਗਿਫਟ ਕੀਤੇ। ਹਾਂਜੀ, ਸੋਨੇ ਦੇ। ਹਾਂਜੀ, ਨਕਦੀ 23,000 ਰੁਪਇਆ ਸੀਗਾ, ਉਹ ਮੇਰੇ ਫਰੂਟ ਦੀ ਸੇਲ ਹੈਗੀ ਸੀ, ਹੈ ਨਾ, 2 ਦਿਨ ਦੀ ਇੱਦਾਂ ਹੀ ਪਏ ਸੀ, ਉੱਦਾਂ ਹੀ ਰੱਖ ਕੇ ਚਲ ਗਏ। ਗਹਿਣੇ ਤਾਂ ਕੁਛ ਚਾਂਦੀ ਦੀਆਂ ਝਾਂਜਰਾਂ ਸੀਗੀਆਂ ਮੇਰੀ ਵਾਈਫ ਦੀਆਂ, ਔਰ ਮੇਰੀ ਬੇਟੀ, ਅੰਦਾਜ਼ਾ ਲਗਾ ਸਕਦੇ ਕਿ 1.25 ਲੱਖ 1.5 ਲੱਖ ਦਾ ਨੁਕਸਾਨ ਹੋਇਆ। ਇਹ ਕਿ ਨਹੀਂ, ਉੱਦਾਂ ਦੇ ਕੈਮਰੇ ਨਹੀਂ ਸਾਡੇ ਲੱਗੇ ਨਹੀਂ ਹੈਗੇ ਆ, ਜਿੱਥੇ ਲੱਗੇ ਹੋਏ ਆ ਉਸ ਜਗ੍ਹਾ ਤੋਂ ਉਹ ਨਹੀਂ ਆਏ। ਨਹੀਂ, ਸ਼ੱਕ ਤਾਂ ਨਹੀਂ ਕਰ ਸਕਦੇ, ਨਾ ਸਾਡੀ ਕਿਸੇ ਨਾਲ ਰੰਜਿਸ਼ ਆ ਜਾਂ ਮੰਗਿਆ ਸੀ ਕਿ ਦੇਖੋ ਜਿਹੜਾ ਸਮਾਨ ਸਾਡਾ ਚੱਲ ਤਾਂ ਗਿਆ ਉਹ ਸਾਨੂੰ ਪਤਾ ਨਹੀਂ ਕੀ ਮਿਲਣਾ ਕਿ ਨਹੀਂ, ਪਰ ਇਹ ਆ ਕਿ ਆਉਂਦੇ ਸਾਰ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹਨੂੰ ਨੱਥ ਪਾਈ ਜਾਵੇ।